राहुल गांधी कांग्रेस के वड्डे लीडर पंजाब दे विच आउंदे ने, उस तो बाद पंजाब दे जो वर्कर ने जां पंजाब दे विच जो कांग्रेस पार्टी ने कैंडीडेट दिते ने उन्हां नूं लगता है कि चीज़ां बदल जाणगियां, पर चीज़ां बदलनियां बहुत औखियां ने। सत श्री अकाल, आदाब, नमस्कार, मैं हाँ प्रवीण शर्मा, तुसीं देख रहे हो आईवाल टीवी। पंज साल की सत्ता तो बाद कांग्रेस एक बार फिर मैदान दे विच, सारियां पार्टियां मैदान दे विच ने, ਤਾਂ ਕੀ ਪੰਜ ਸਾਲਾਂ ਦੇ ਵਿੱਚ ਜੋ ਕੀਤਾ ਉਹਦੇ ਆਧਾਰ ਤੇ ਵੋਟਾਂ ਮੰਗਣੀਆਂ ਸੌਖੀਆਂ ਨੇ। ਸਾਡੇ ਨਾਲ ਗੱਲਬਾਤ ਕਰਨਗੇ ਹਲਕਾ ਬੱਲੂਆਣਾ ਤੋਂ ਕਾਂਗਰਸੀ ਉਮੀਦਵਾਰ ਮੈਡਮ ਰਜਿੰਦਰ ਕੌਰ ਜੀ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਗੱਲਬਾਤ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਮ, ਨੱਥੂ ਰਾਮ ਜੀ ਇੱਥੋਂ ਸਿਟਿੰਗ MLA ਸੀ ਕਾਂਗਰਸ ਦੇ, ਟਿਕਟ ਕੱਟ ਕੇ ਤੁਹਾਨੂੰ ਮੌਕਾ ਦਿੱਤਾ ਗਿਆ, ਕੀ ਲੱਗਦਾ ਕਿਵੇਂ ਚੱਲ ਰਿਹਾ ਪ੍ਰਚਾਰ? ਦੇਖੋ ਜੀ, 15 ਸਾਲ ਤੋਂ मैं वर्किंग कर रही हूँ हल्के दे विच। तीन प्लान तो मैं टिकट मंगी, पिछली बारी भी पैनल च नाम सीगा तो नथू राम जी ने एडजस्ट करता, वो आए पार्टी हाईकमांड का फैसला सीगा पार्टी का, असी उन्हों का सहयोग दिता, जित गए। तो इस बार कितने ना कितने जिवें लोगों के समय दे के हमेशा बल्लूआणा दे विच जो गल चलती रही है कि बाहरों कैंडिडेट लगा दिता जाता, तो विकास बहुत होया, नो डाउट, गलियां नालियां बहुत बनिया, कॉलेज भी आया जिहड़ा अपने सुखचैन दे विच हैगा, प्लस माइनर जिहड़ी ओह रामसरा माइनर भी बनी है। विकास की कमी नहीं, बहुत कुछ कांग्रेस के टाइम च कम भी होए है, पर वो जिहड़ी एक लोगों के विच रहिंदी है गल कि तालमेल की कमी जी। जो आम वर्ग है, जो गरीब वर्ग है, जिंदी वोट हुंदी है, कितना कितने उन्होंने राबता कायम नहीं हुंदा, तो उस चीज़ नूं रख के इस बार सर्वे होए है जी। और 8 ਜਿਵੇਂ ਕੰਪਨੀਆਂ ਦੇ ਬੱਲੂਆਣੇ ਹਲਕੇ ਸਰਵੇ ਹੋਏ, ਸਰਵੇ ਮੁਤਾਬਕ ਉਹਨਾਂ ਨੇ ਜੋ ਕੈਂਡੀਡੇਟ ਲੋਕਾਂ ਦੇ ਵਿੱਚ ਵਿਚਰਦਾ ਹੈ ਜਾਂ ਮਤਲਬ ਉਹਨਾਂ ਦੇ ਦੁੱਖ ਸੁੱਖ ਨੂੰ ਸਮਝਦਾ, ਉਹਨਾਂ ਦੇ ਨਾਲ ਤਾਲਮੇਲ ਬਿਠਾ ਕੇ ਚੱਲਦਾ, ਉਸ ਆਧਾਰ ਤੇ ਲੋਕਾਂ ਦੀ ਮੈਨੂੰ ਆਵਾਜ਼ ਮੈਨੂੰ ਬਣਾਇਆ ਲੋਕਾਂ ਨੇ, ਤਾਂ ਮੈਨੂੰ ਇਸ ਮਾਣ ਬਖਸ਼ਿਆ ਹਾਈਕਮਾਂਡ ਨੇ। ਮੈਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ, ਜਾਖੜ ਸਾਹਿਬ ਦੀ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਜੀ। ਜੀ ਜੀ। ਅੱਛਾ, ਮੈਨੂੰ ਇਹ ਦੱਸੋ ਵੀ ਬੜਾ ਔਖਾ ਹੁੰਦਾ ਜਦੋਂ ਕੋਈ ਪਾਰਟੀ ਸੱਤਾ ਦੇ ਵਿੱਚ ਹੋਵੇ ਨਾ, ਉਹਨੇ ਜਾ ਕੇ ਵੋਟਾਂ ਮੰਗਣੀਆਂ ਹੁੰਦੀਆਂ, ਉੱਥੇ ਤੁਹਾਡੀ ਐਂਟੀ ਇਨਕੰਬੈਸੀ ਕੰਮ ਕਰਦੀ ਹੈ, ਤੁਹਾਡਾ ਪਰਫਾਰਮੈਂਸ ਕਾਰਡ ਕੰਮ ਕਰਦਾ ਹੈ। 4.5 ਸਾਲ ਤੁਹਾਡੇ ਮੁੱਖ ਮੰਤਰੀ ਕੈਪਟਨ ਸਾਹਿਬ ਰਹੇ, ਜਿਨ੍ਹਾਂ ਨੂੰ ਬਾਅਦ ਚਲਾਉਣਾ ਪਿਆ ਤੁਹਾਨੂੰ। ਦੇਖੋ, ਉਹੀ ਮੈਂ ਤੁਹਾਨੂੰ ਪਹਿਲੇ ਜਿਹੜੀ ਗੱਲ ਕੀਤੀ ਵੀ ਤਾਲਮੇਲ ਉਹਨਾਂ ਨੇ ਨਹੀਂ ਰੱਖਿਆ, ਵਿਕਾਸ ਬਹੁਤ ਹੋਇਆ, ਕੰਮ ਹੋਇਆ, ਪਰ ਲੋਕ ਜਿਹੜੇ ਅੱਜ ਕੱਲ੍ਹ ਰਾਜਨੀਤੀ ਬਦਲ ਗਈ ਜੀ, ਉਹ ਹਰ ਕੋਈ ਚਾਹੁੰਦਾ ਵੀ ਡਾਇਰੈਕਟ ਸਾਡੇ ਨਾਲ ਜੋ ਵੀ ਹੈ, ਸਾਡਾ ਵਿਧਾਇਕ ਹੈ ਜੋ ਵੀ ਹੈ, ਸਾਡੇ ਨਾਲ ਚੱਲੇ ਨਾਲ ਖੜੇ, ਤਾਂ ਉਸ ਚੀਜ਼ ਦੀ ਕਮੀ ਸੀਗੀ, ਤਾਂ ਉਸ ਚੀਜ਼ ਨੂੰ ਰਾਹੁਲ ਗਾਂਧੀ ਨੇ ਇਤਿਹਾਸਿਕ ਫੈਸਲਾ ਲਿਆ, ਪਹਿਲੀ ਵਾਰੀ ਹੋਇਆ ਉਹਨਾਂ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ। ਵਰਕਰ ਦੀ ਜਿਹੜੀ ਗੱਲ ਨਹੀਂ ਸੁਣੀ ਜਾਂਦੀ, ਉਹਨਾਂ ਨੇ ਇਸ ਵਾਰ ਸੁਣੀ ਹੈ, ਤਾਂ ਉਹਨਾਂ ਨੇ ਦੇਖੋ ਮੁੱਖ ਮੰਤਰੀ ਤੱਕ ਬਦਲਿਆ, ਤਾਂ ਨੈਚੁਰਲੀ ਮਤਲਬ ਨਵੀਂ ਚੀਜ਼ ਹੈਗੀ ਲੋਕਾਂ ਦੇ ਸਾਹਮਣੇ। ਹਾਂਜੀ, ਤੁਸੀਂ ਕਹਿੰਦੇ ਵਿਕਾਸ ਬਹੁਤ ਹੋਇਆ, ਪਰ ਲੋਕ ਕਹਿੰਦੇ ਨਸ਼ਾ ਉਦਾਂ ਹੈ, ਸਾਰੇ ਪੰਜਾਬ ਦੇ ਮੁੱਦੇ ਉਦਾਂ ਹੈ, ਸਾਰੇ ਬੇਰੁਜ਼ਗਾਰੀ ਪੰਜਾਬ ਦੀ, ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ਾਂ ਗਰਾਊਂਡ 'ਤੇ ਜਾ ਕੇ ਕਿਤੇ ਨਾ ਕਿਤੇ ਜਵਾਬ ਤਾਂ ਦੇਣੇ ਪੈਣਗੇ ਨਾ ਤੁਹਾਨੂੰ ਜਦੋਂ ਕੰਪੇਨ ਕਰੋਗੇ? ਬਿਲਕੁਲ, ਦੇਖੋ ਨਸ਼ਿਆਂ ਦੇ ਖਿਲਾਫ ਵੀ ਹੁਣ ਮਜੀਠਾ ਸਾਹਿਬ ਤੇ ਜਿਹੜਾ ਕੇਸ ਕੀਤਾ ਦਰਜ, ਐਕਸ਼ਨ ਲਿਆ ਸਰਕਾਰ ਨੇ, ਉਹਨਾਂ ਦੇ ਖਿਲਾਫ ਚੱਲੇ ਵੀ ਹੈ, ਕਿਉਂਕਿ ਮੌਕਾ ਚੰਨੀ ਸਾਹਿਬ ਨੂੰ ਘੱਟ ਮਿਲਿਆ, ਪਰ ਘੱਟ ਟਾਈਮ ਦੇ ਵਿੱਚ ਉਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਹੈ। ਉਹ ਜਿਹੜੀ ਚੀਜ਼ ਤਾਲਮੇਲ ਵਾਲੀ ਸੀਗੀ ਉਹਨਾਂ ਨੇ ਉਹ ਰੱਖੀ ਹੈ ਬਰਕਰਾਰ, ਔਰ ਲੋਕ ਇਹ ਚੀਜ਼ ਚਾਹੁੰਦੇ ਆ ਕਿ ਸਾਡੀਆਂ ਸਮੱਸਿਆਵਾਂ ਨੂੰ ਸੁਣਿਆ ਜਾਵੇ ਤੇ ਉਹਨਾਂ ਦੇ ਬਾਰੇ ਵਿਚਾਰ ਕੀਤਾ ਜਾਵੇ। ਨਹੀਂ, ਮਜੀਠੀਆ ਸਾਹਿਬ ਤੇ ਕੀ ਉਹਨਾਂ ਨੂੰ ਜ਼ਮਾਨਤ ਆਲਰੇਡੀ ਉਹਨਾਂ ਦੀ ਗ੍ਰਿਫਤਾਰੀ ਤੇ ਰੋਕਿਆ? ਇਹ ਤਾਂ ਦੇਖੋ ਹੁਣ ਸਰਕਾਰ ਦਾ ਉੱਤੇ ਵੀ ਤਾਂ ਹੈ ਨਾ, ਹਾਈ ਕੋਰਟ ਜੋ ਸੁਪਰੀਮ ਕੋਰਟ ਹੈ, ਆਪਾਂ ਉਸ ਚੀਜ਼ ਨੂੰ ਮੰਨ ਕੇ ਚੱਲਦੇ ਹਾਂ, ਉਹਨਾਂ ਨੇ ਵੀ ਦੇਖਣਾ, ਆਪਾਂ ਵੀ ਨਹੀਂ ਕਹਿੰਦੇ ਕਿਸੇ ਨਾਲ ਨਜਾਇਜ਼ ਹੋਵੇ, ਪਰ ਪਬਲਿਕ ਨੇ ਹੀ ਦੱਸਿਆ ਸੀ ਵੀ ਮਤਲਬ ਇਸ ਤਰ੍ਹਾਂ ਉਹ ਹੈਗੇ ਨੇ ਜਿਵੇਂ ਉਹਨਾਂ ਦੇ ਬਾਰੇ ਚੱਲ ਰਿਹਾ ਸੀ, ਤਾਂ ਉਸ ਕਰਕੇ ਜੋ ਸਰਕਾਰ ਨੇ ਲਿਆ ਹੁਣ ਕਰਨਾ ਤਾਂ ਦੇਖੋ ਕੋਰਟ ਨੇ ਹੈ ਨਾ ਜੋ ਸਹੀ। ਪਰ 5 ਸਾਲ ਕਾਂਗਰਸ ਹੀ ਕਹਿੰਦੇ ਰਹੇ ਮਜੀਠੀਆ ਇਹ ਨੇ, ਮਜੀਠੀਆ ਉਹ ਨੇ, ਨਸ਼ੇ ਦਾ ਕੰਮ ਕਾਰੋਬਾਰ ਕਰਦੇ ਨੇ, ਅੱਜ ਉਹਨਾਂ ਹੀ ਮਜੀਠੀਆਂ ਨੂੰ ਰਾਹਤ ਮਿਲੀ ਹੈ, ਤਾਂ ਇਹ ਚੀਜ਼ਾਂ ਤਾਂ ਗਰਾਊਂਡ 'ਤੇ ਤਾਂ ਲੋਕ ਕਹਿਣਗੇ ਨਾ ਕਿ ਭਾਈ ਤੁਸੀਂ 5 ਸਾਲ ਇਹੀ ਗੱਲ ਕਹਿੰਦੇ ਰਹੇ, ਅੱਜ ਉਹ ਫਿਰ ਉਹੀ ਕਹਿ ਰਹੇ? ਦੇਖੋ, ਮੌਕਾ ਜਦੋਂ ਆਪਾਂ ਜਦੋਂ ਚੀਜ਼ ਹਮ ਸ਼ੁਰੂਆਤ ਕਰਦੇ ਹਾਂ ਨਾ, ਹੁਣ ਟਾਈਮ ਘੱਟ ਰਹਿ ਗਿਆ, ਤਾਂ ਉਸ ਚੀਜ਼ ਨੂੰ ਅੱਗੇ ਕਵਰ ਕਰਾਂਗੇ, ਸਰਕਾਰ ਦੁਬਾਰਾ ਆਉਂਦੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਹੀ ਅਸੀਂ ਕਵਰ ਕਰਾਂਗੇ। ਅਸੀਂ ਚਾਹਾਂਗੇ, ਮੈਂ ਤਾਂ ਆਪ ਦੇਖੋ ਲੈਕਚਰਾਰ ਵੱਲੋਂ ਰਿਜ਼ਾਈਨ ਕੀਤਾ, ਅਜੇ ਮੇਰੀ ਜੌਬ ਪਈ ਸੀਗੀ, ਖੁਦ ਲੈਕਚਰਾਰ ਹਾਂ, ਔਰ ਕਿਤੇ ਨਾ ਕਿਤੇ ਮੈਂ ਵੀ ਮਹਿਸੂਸ ਕਰਦੀ ਹਾਂ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਯੂਥ ਨੂੰ ਕਿਵੇਂ ਉਹਨਾਂ ਨੂੰ ਸਹੀ ਢੰਗ ਪਾਸੇ ਮੋੜਿਆ ਜਾਵੇ। ਤੁਸੀਂ ਕਿਹਾ ਕਿ ਐਕਤੀ ਰਾਹੁਲ ਗਾਂਧੀ ਨੇ ਵਰਕਰ ਦੀ ਗੱਲ ਸੁਣੀ ਹੈ, ਪਰ ਮੈਡਮ ਸਤਵਿੰਦਰ ਬਿੱਟੀ ਬਹੁਤ ਵੱਡਾ ਨਾਂ ਨੇ ਪੰਜਾਬ ਦੀ ਕਲਾਕਾਰੀ ਦੇ ਵਿੱਚ, ਦਮਨ ਬਾਜਵਾ ਜੀ ਜਾਂ ਸਤਿਕਾਰ ਕੌਰ ਗਹਿਰੀ ਜੀ, ਉਹ ਤਾਂ ਕਹਿੰਦੇ ਜੇ ਲੜਕੀ ਹੂੰ ਲੜ ਸਕਤੀ ਹੂੰ, ਉਹ ਤਾਂ ਮਹਿਮੀ ਫੇਲ ਆ, ਸਾਡੀਆਂ ਟਿਕਟਾਂ ਕੱਟਤੀਆਂ। ਦੇਖੋ ਜੀ, ਹਾਈਕਮਾਂਡ ਦਾ ਫੈਸਲਾ, ਮੈਂ ਤਾਂ ਪਹਿਲੀ ਵਾਰੀ ਟਿਕਟ ਮਿਲੀ ਹੈ, ਤਾਂ ਸਾਡੇ ਹਲਕੇ ਵਿੱਚ ਤਾਂ ਜੋ ਲੋਕਾਂ ਨੇ ਕਿਹਾ ਸੀ ਕਿ ਮੈਡਮ ਵਰਕ ਕਰ ਰਹੇ ਹੋ, ਟਿਕਟ ਦਿੱਤੀ ਜਾਵੇ, ਤਾਂ ਉਸੇ ਦੌਰਾਨ ਉਹਨਾਂ ਨੇ ਮੈਨੂੰ ਉਸੇ ਚੀਜ਼ ਨੂੰ ਰੱਖ ਕੇ ਰਾਹੁਲ ਗਾਂਧੀ ਜੀ ਨੇ ਮੈਨੂੰ ਟਿਕਟ ਦਿੱਤੀ ਹੈ। ਮੈਂ ਇਸ ਗੱਲ ਨੂੰ ਨਹੀਂ ਕਹਿ ਸਕਦੀ, ਕਿਤੇ ਨਾ ਕਿਤੇ ਤੁਹਾਨੂੰ ਕਿਹਾ ਵੀ ਇਸ ਵਾਰ ਕੰਪੇਨ ਹੋਈ ਹੈ, ਇਸ ਵਾਰ ਸਰਵੇ ਹੋਇਆ, ਸਰਵੇ ਦੇ ਵਿੱਚ ਉਹਨਾਂ ਨੇ ਇਹ ਦੇਖਿਆ ਵੀ ਜਿਹੜੇ ਕੈਂਡੀਡੇਟ ਜੁੜੇ ਰਹੇ ਉਹਨਾਂ ਨੇ ਟਿਕਟ ਦਿੱਤੀ ਹੈ, ਔਰ ਜਿਹੜੇ ਲੋਕਾਂ ਨਾਲ ਰਾਬਤਾ ਨਹੀਂ ਰੱਖਿਆ ਉਹ ਰਾਹੁਲ ਗਾਂਧੀ ਨੇ ਉਹਨਾਂ ਨੇ ਟਿਕਟ ਕੱਟੀ ਹੈ ਜੀ। ਅੱਛਾ, ਜਾਖੜ ਸਾਹਿਬ ਆਉਣਗੇ ਤੁਹਾਡੀ ਕੰਪੇਨ ਕਰਨ, ਜਾਖੜ ਸਾਹਿਬ ਦੇ ਨਾਲ? ਜ਼ਰੂਰ ਜ਼ਰੂਰ ਸਰ, ਉਹਨਾਂ ਦਾ ਉਹਨਾਂ ਦੇ ਨਾਮ 'ਤੇ ਹੀ, ਦੇਖੋ ਕਾਫੀ ਕੁਛ ਉਹਨਾਂ 'ਤੇ ਡਿਪੈਂਡ ਕਰਦਾ, ਬੱਲੂਆਣਾ ਜਾਂ ਆਪਾਂ ਮੁੱਖ ਮੰਤਰੀ ਦਾ ਫੇਸ ਹੈ ਆਫਟਰ ਆਲ, ਉਹ ਉਹਨਾਂ ਨੂੰ ਲੋਕ ਪਸੰਦ ਕਰਦੇ ਆ। ਨਹੀਂ, ਜਾਖੜ ਸਾਹਿਬ ਮੁੱਖ ਮੰਤਰੀ ਦਾ ਫੇਸ ਹੋਣਗੇ?
ਜਿਵੇਂ ਉਹਨਾਂ ਨੇ ਤਿੰਨ ਰੱਖੇ ਆ ਉਹਦੇ ਵਿੱਚ ਜਾਖੜ ਸਾਹਿਬ ਵੀ ਇੱਕ ਫੇਸ ਨੇ ਜੀ। ਤਾਂ ਉਹ ਦੇਖੋ ਸਾਡੇ ਤਾਂ ਹੌਲੀ ਸੋਲੀ ਉਹ ਇੱਥੋਂ ਦੇ ਲੋਕ ਉਹਨਾਂ ਤੇ ਬਹੁਤ ਜ਼ਿਆਦਾ ਫੇਸ ਫੈਨ ਨੇ ਉਹਨਾਂ ਦੇ ਜ਼ਬਰਦਸਤ ਔਰ ਜਾਖੜ ਸਾਹਿਬ ਦੇ ਆਉਣ ਤੋਂ ਬਾਅਦ ਤਾਂ ਸਾਡਾ ਜੀ ਮਾਹੌਲ ਹੀ ਬਦਲ ਜਾਣਾ ਜੀ ਜੀ। ਅੱਛਾ ਕਿਹੜੇ ਉਹ ਮੁੱਦੇ ਨੇ, ਕਿਹੜੇ ਸੱਤ ਮੁੱਦੇ ਮੈਨੂੰ ਗਿਣਾ ਸਕਦੇ ਹੋ ਜਿਹੜੇ ਜਿਨ੍ਹਾਂ ਨੂੰ ਲੈ ਕੇ ਕੰਮ ਕਰੋਗੇ ਪੰਜਾਬ ਦੇ ਮੁੱਦਿਆਂ ਨੂੰ, ਜਿਨ੍ਹਾਂ ਨੂੰ ਲੱਗਦਾ ਤੁਸੀਂ ਮੰਨਦੇ ਹੋ ਕਿ ਇਹ ਪੰਜਾਬ ਦੇ ਮੁੱਦੇ ਨੇ? ਦੇਖੋ ਮੈਨੂੰ ਜੋ ਟਿਕਟ ਬੇਸ ਮਿਲੀ ਹੈ ਨਾ, ਹਾਂਜੀ ਮੈਨੂੰ ਮਿਲੀ ਹੈ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਤਾਲਮੇਲ ਕਰਕੇ। ਮੈਂ ਸਭ ਤੋਂ ਪਹਿਲਾਂ ਦੇਖੋ ਹਜੇ ਮੈਂ ਕੋਈ ਵੱਡੀ ਲੀਡਰ ਬਣੀ ਨਹੀਂ, ਹਾਂਜੀ ਮੈਂ ਵਿਧਾਇਕ ਬਣਨੀ ਆ ਜਾਂ ਮੈਨੂੰ ਲੋਕਾਂ ਦਾ ਸਤਿਕਾਰ ਮਿਲਿਆ ਤਾਂ ਮੈਨੂੰ ਟਿਕਟ ਮਿਲੀ। ਮੰਨ ਲਓ ਤੁਸੀਂ ਵਿਧਾਇਕ ਬਣ ਗਏ, ਕੀ ਪ੍ਰੈਫਰੈਂਸ ਰਹੇਗੀ, ਕੀ ਪਹਿਲ ਦੇ ਆਧਾਰ ਤੇ ਹੱਲ ਕਰੋ? ਪ੍ਰੈਫਰੈਂਸ ਦੇਖੋ ਜੀ ਜੋ ਮੇਰੇ ਹਲਕੇ ਨੂੰ ਰਹੂਗੀ ਪਹਿਲਾਂ, ਮੇਰੇ ਹਲਕੇ ਦੀਆਂ ਪ੍ਰੋਬਲਮ ਜੋ ਮੇਨ ਹੈਗੀਆਂ, ਸਭ ਤੋਂ ਵੱਡੀ ਪਾਣੀ ਦੀ ਸਮੱਸਿਆ ਜੋ ਇੱਥੇ ਹੈਗੀ ਹੈ, ਵਾਟਰ ਵਰਕਸ ਡਿੱਗੀਆਂ ਦੀ ਕਰਨੀ, ਕਿਉਂਕਿ ਸਿਹਤ ਸੁਰੱਖਿਆ ਤੇ ਸਿੱਖਿਆ, ਕਿਉਂਕਿ ਮੈਂ ਲੈਕਚਰਾਂ ਆ ਤਾਂ ਮੈਂ ਇਹਨਾਂ ਚੀਜ਼ਾਂ ਤੇ ਫੋਕਸ ਕਰੂੰਗੀ। ਜਿਹੜੇ ਜਿਹੜੇ ਪਿੰਡ ਵਕਾਊ ਸੀ ਇੱਕ ਵਾਰੀ 2014 ਦੇ ਵਿੱਚ ਬੋਰਡ ਲੱਗਿਆ ਸੀ, ਉਹ ਤੁਹਾਡੇ ਹਲਕੇ 'ਚ ਪੈਂਦੇ ਨੇ ਜਾਂ ਫਾਜ਼ਿਲਕਾ ਦੇ ਨੇ? ਉਹ ਮੇਰੇ ਖਿਆਲ 'ਚ ਮੈਂ ਵੀ ਮੈਨੂੰ ਕੋਈ ਨਹੀਂ ਪਤਾ ਲੱਗਿਆ ਫਾਜ਼ਿਲਕਾ ਦੇ ਨੇ, ਜ਼ਿਆਦਾਤਰ ਸਾਡੇ ਆ ਜਾਂ ਕੋਈ ਨਹੀਂ ਹੈਗਾ। ਸਾਡੇ ਮੇਨ ਪਾਣੀ ਦੀ ਸਮੱਸਿਆ ਹੈ ਕਾਫੀ ਪਿੰਡਾਂ 'ਚ, ਚਾਹੇ ਉਹ ਜ਼ਮੀਨੀ ਦੀ ਹੈ ਚਾਹੇ ਉਹ ਮਤਲਬ ਪੀਣ ਵਾਲੇ ਪਾਣੀ ਦੀ ਸਮੱਸਿਆ ਹੈਗੀ ਹੈ। ਦੂਸਰਾ ਡਿਸਪੈਂਸਰੀਆਂ 'ਚ ਜਿਵੇਂ ਜੇ ਖੁੱਲੀਆਂ, ਮੈਂ ਵੱਡੇ ਹਸਪੀਟਲ ਜਾਂ ਉਹਨਾਂ 'ਚ ਵਿਸ਼ਵਾਸ ਨਹੀਂ ਰੱਖਦੀ, ਮੈਂ ਕਹਿੰਦੀ ਜਿੰਨੇ ਵੀ ਬਣੇ ਆ ਹਾਂ ਉਹ ਸਿਹਤ ਹੋਵੇ ਲੋਕਾਂ ਨੂੰ, ਦਵਾਈਆਂ ਉਪਲਬਧ ਹੋਣ ਵੇਲੇ ਕੁ ਵੇਲੇ, ਜਿਵੇਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਆਮ ਜਨਤਾ ਜਿਹੜੀ ਹੈਗੀ ਹੈ ਗਰੀਬ ਹੈ, ਉਹ ਤਾਲਮੇਲ ਦੀ ਕਮੀ ਹੁੰਦੀ ਹੈ ਕਿਤੇ ਨਾ ਕਿਤੇ, ਉਹਨਾਂ ਨੂੰ ਚੀਜ਼ ਪ੍ਰੋਵਾਈਡ ਹੋਵੇ, ਸਿਹਤ ਹੈ ਉਹਨਾਂ ਦੀ ਜ਼ਰੂਰੀ ਹੈ, ਮਸਟ ਆ ਉਹ ਪਾਣੀ ਕਰਕੇ ਹੋਊਗੀ, ਦਵਾਈਆਂ ਡਿਸਪੈਂਸਰੀਆਂ 'ਚ ਡਾਕਟਰ ਹੋਣ ਅਵੇਲੇਬਲ ਹੋਵੇ ਹਰ ਚੀਜ਼। ਵੱਡੇ ਕੰਮ ਤਾਂ ਅਸੀਂ ਫੇਰ ਕਰਾਂਗੇ, ਸਾਡੀ ਸਿਹਤ ਸਹੀ ਹੋਊਗੀ, ਅਤੇ ਜੇ ਸਾਡਾ ਯੂਥ ਹੈ ਜਿਵੇਂ ਉਹਨਾਂ ਵਾਸਤੇ ਮੈਂ ਨਿੱਕੇ ਨਿੱਕੇ ਜਿਵੇਂ ਕੰਮ ਨੇ ਜੋ ਬਾਹਰ ਨੂੰ ਭੱਜਦੇ ਆ, ਵਿਦੇਸ਼ਾਂ 'ਚ ਜਾਣਾ ਹੀ ਨਾ ਪਵੇ, ਜਿਹੜੇ ਵਿਦੇਸ਼ਾਂ ਦੇ ਵਿੱਚ ਹੈਗੇ ਉਹ ਛੋਟੀਆਂ ਕਲਾਸਾਂ ਤੋਂ ਹੀ ਉਹਨਾਂ ਮੇ ਬੀ 6ਵੀਂ 7ਵੀਂ ਤੋਂ ਬੱਚੇ ਦਾ ਇੰਟਰਸਟ ਵੇਖ ਕੇ ਉਸ ਹਿਸਾਬ ਨਾਲ ਉਹਨਾਂ ਨੂੰ ਕਿਤੇ ਕਿੱਤਾ ਮੁਖੀ ਕੀਤਾ ਜਾਂਦਾ, ਡਿਪੈਂਡ ਕੀਤਾ ਜਾਂਦਾ, ਉਹ ਆਪਦੇ ਕੰਮ ਸ਼ੁਰੂ ਕਰ ਸਕਦੇ ਆ। ਕਿੱਤਾ ਦੇਣ ਵਾਸਤੇ ਤਾਂ ਇਨਵੈਸਟਮੈਂਟ ਚਾਹੀਦੀ ਨਾ ਬਹੁਤ ਵੱਡੀ, ਉਹੀ ਤੁਹਾਨੂੰ ਕਹਿਣਾ ਨਾ, ਬੱਚਿਆਂ ਨੂੰ ਪਹਿਲਾਂ ਤਾਂ ਆਪਾਂ ਉਹੀ ਕਹਿਣਾ ਨਾ, ਬੱਚਿਆਂ ਨੂੰ ਉਸ ਕਾਬਲ ਕਰਾਂਗੇ, ਨਿੱਕੇ ਨਿੱਕੇ ਕੰਮ ਸਿਖਾਵਾਂਗੇ ਤਾਂ ਆਪਦਾ ਕੰਮ ਖੋਲ ਲੈਣਗੇ, ਤਾਂ ਮੇ ਬੀ ਮਤਲਬ ਉਹਨਾਂ ਦਾ ਧਿਆਨ ਉਧਰ ਭਟਕੂਗਾ। ਤਿੰਨ ਹੋ ਗਏ, ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਕਿਹੜੇ ਹੋਰ ਮੁੱਦੇ ਨੇ ਜਿਹਨਾਂ ਦੇ? ਸਾਰੇ ਜੀ ਸਾਰੇ ਆਪਣੇ ਪੰਜਾਬ ਦੇ ਵਿੱਚ ਜਿੰਨਾ ਯੂਥ ਦਾ ਹੋ ਗਿਆ, ਸਿਹਤ ਦਾ ਹੋ ਗਿਆ, ਸੁਰੱਖਿਆ ਦਾ ਹੋ ਗਿਆ, ਸਿੱਖਿਆ ਸੁਰੱਖਿਆ ਦਾ ਹੋ ਗਿਆ ਮੇਨ, ਲੜਕੀਆਂ ਦਾ ਹੋ ਗਿਆ, ਔਰਤਾਂ ਨੂੰ ਜਿਵੇਂ ਆਪਾਂ ਨੂੰ ਮੋਟੀਵੇਟ ਕਰਾਂਗੇ ਕਿ ਉਹ ਜਿਵੇਂ MLA ਬਣ ਜਾਂਦੀ ਹੈ ਤਾਂ ਨੈਚੁਰਲੀ ਹੈ, ਦੇਖੋ ਉਹਨਾਂ ਦੇ ਪਹਿਲਾਂ ਸਰਪੰਚ ਬਣਾਈਆਂ 50%, ਜੇ ਕੋਈ MLA ਲੇਡੀਜ਼ ਬਣਦੀ ਹੈ ਪਹਿਲੀ ਵਾਰ ਬਲਵਾਣੇ ਹਲਕੇ 'ਚ, ਸਾਡਾ ਬੈਕਵਰਡ ਏਰੀਆ ਤਾਂ ਨੈਚੁਰਲੀ ਲੋਕਾਂ ਦੇ ਵਿੱਚ ਉਤਸ਼ਾਹ ਵਧੂਗਾ ਲੇਡੀਜ਼ ਦੇ ਵਿੱਚ। ਜੀ 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 ਹਾਂਜੀ। ਇਸ ਤੋਂ ਇਲਾਵਾ ਹੋਰ ਕੋਈ ਪ੍ਰੈਫਰੈਂਸ ਤੁਹਾਡੀ ਕੀ ਰਹੇਗੀ? ਪ੍ਰੈਫਰੈਂਸ ਦੇਖੋ ਜਿਵੇਂ ਜਿਵੇਂ ਮੈਂ ਕਹਿੰਦੀ, ਮੈਂ ਹਰ ਪਿੰਡ ਦੀ ਜਿਵੇਂ ਕੋਈ ਡਿਮਾਂਡ ਰਹੂਗੀ ਮੌਸਮ ਮੁਤਾਬਕ ਕੰਮ ਕਰੂੰਗੀ, ਐਵੇਂ ਨਹੀਂ ਵੀ ਜਿੱਥੇ ਜਾਊਂਗੀ ਉਹਨਾਂ ਲੋਕਾਂ ਦੀ ਜੋ ਪਹਿਲ ਦੇ ਆਧਾਰ ਤੇ ਸਮੱਸਿਆ ਹੋਊਗੀ ਦੇਖੂੰਗੀ, ਔਰ ਕੋਸ਼ਿਸ਼ ਕਰੂੰਗੀ ਮੈਂ ਜਿਹੜਾ ਉਹ ਕਮੀ ਤਾਲਮੇਲ ਦੀ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਜੀ ਜੀ, ਤੁਹਾਡੇ ਸਿਰ ਤੇ ਇੱਕ ਹੋਰ ਵੀ ਜ਼ਿੰਮੇਵਾਰੀ ਵੱਡੀ ਹੋਊਗੀ ਨਾ, ਕਿ ਨੱਥੂ ਰਾਮ ਜਿੱਤ ਕੇ ਬਾਹਰੀ ਸੀਗੇ, ਤੁਹਾਡੇ ਸਿਰ ਤੇ ਦੁਬਾਰਾ ਰਿਪੀਟ ਕਰਨਾ ਬੜਾ ਔਖਾ ਹੋਊਗਾ ਤੁਹਾਨੂੰ? ਦੇਖੋ ਮੈਂ ਕੋਸ਼ਿਸ਼ ਇਹੀ ਕਰ ਰਹੀ ਹਾਂ ਲੋਕ ਉਸ ਚੀਜ਼ ਨੂੰ ਮੈਂ ਲੋਕਾਂ ਦੇ ਮਨਾਂ 'ਚੋਂ ਕੱਢਣਾ, ਪਰ ਮੈਂ ਉਹਨਾਂ ਬਾਰੇ ਕੁਛ ਨਹੀਂ ਕਹਿ ਸਕਦੀ, ਮੈਂ ਆਪਣਾ ਜੋ ਬਣਾਇਆ ਲੋਕਾਂ ਦੇ ਵਿੱਚ ਉਸ ਤਾਲਮੇਲ ਦੇ ਨਾਲ ਲੋਕਾਂ ਨੇ ਮੈਨੂੰ ਵਿਸ਼ਵਾਸ ਕੀਤਾ ਮੇਰੇ ਤੇ, ਤੇ ਮੈਂ ਕੋਸ਼ਿਸ਼ ਕਰੂੰਗੀ ਵਿਸ਼ਵਾਸ ਤੇ ਖਰੀ ਉਤਰ ਸਕਾਂ ਤੇ ਉਹਨਾਂ ਦੇ ਨਾਲ। ਪਿਛਲੀ ਵਾਰ ਵੀ ਤੁਹਾਡਾ ਨਾਮ ਸੀਗਾ ਪੈਨਲ 'ਚ, ਤੁਹਾਨੂੰ ਟਿਕਟ ਨਹੀਂ ਮਿਲੀ? ਹਾਂਜੀ ਪਿਛਲੀ ਵਾਰ ਨਹੀਂ ਮਿਲੀ ਤਾਂ ਉਹ ਨੱਥੂ ਰਾਮ ਜੀ ਨੂੰ ਐਡਜਸਟ ਕਰਦਾ, ਪਰ ਅਸੀਂ ਸਾਡੇ ਮਨ 'ਚ ਨਹੀਂ ਸੀ, ਪਾਰਟੀ ਹਾਈ ਕਮਾਂਡ ਨੇ ਟਿਕਟ ਦਿੱਤੀ, ਮੈਂ ਉਹਦਾ ਫੁੱਲ ਸਾਥ ਦਿੱਤਾ। ਤੁਹਾਨੂੰ ਕੀ ਲੱਗਦਾ ਚੰਨੀ ਸਾਹਿਬ ਮੁੱਖ ਮੰਤਰੀ ਨੂੰ ਫੇਸ ਹੋਣਗੇ? ਰਾਹੁਲ ਗਾਂਧੀ ਨੇ ਕੱਲ ਇਸ਼ਾਰਾ ਕੀਤਾ ਕਿ ਮੁੱਖ ਮੰਤਰੀ ਫੇਸ ਦੇਵਾਂਗੇ। ਇਹ ਹਾਈ ਲੈਵਲ ਦੀਆਂ ਗੱਲਾਂ ਜੀ, ਅਸੀਂ ਤਾਂ ਤੁਹਾਨੂੰ ਫਸਟ ਟਾਈਮ ਇਲੈਕਸ਼ਨ ਲੜ ਰਹੀ ਹਾਂ, ਪਰ ਫਿਰ ਵੀ ਮੈਂ ਉਹਨਾਂ ਨੇ ਜਿਹੜਾ ਤੁਸੀਂ ਕਿਹਾ ਨਾ ਪਾਰਟੀ ਲਈ ਮੈਂ 15 ਸਾਲ ਤੋਂ ਕੰਮ ਕਰ ਰਹੀ ਹਾਂ, ਕੰਮ ਮੈਂ ਕਰ ਰਹੀ ਹਾਂ, ਪਰ ਮੈਂ ਮਤਲਬ ਦਾਅਵੇਦਾਰੀ ਤਾਂ ਟਿਕਟ MLA ਦੀ ਤਾਂ ਪਹਿਲੀ ਵਾਰੀ ਕਰ ਰਹੀ ਹਾਂ ਨਾ। ਨਵਜੋਤ ਸਿੱਧੂ, ਜਾਖੜ ਸਾਹਿਬ, ਚੰਨੀ ਜੀ, ਇਹਨਾਂ ਨੂੰ ਕਿਵੇਂ ਲੈਣੇ ਤੁਸੀਂ? ਮੈਂ ਤੁਹਾਨੂੰ ਇਹ ਲੈਣੀ ਆ ਕਿ ਤਿੰਨੋਂ ਹੀ ਬਹੁਤ ਵਧੀਆ ਮਤਲਬ ਹੈਗੇ ਨੇ, ਕਿਉਂਕਿ ਸਾਡੇ ਕੋਲੇ ਚਿਹਰਿਆਂ ਦੀ ਕਮੀ ਨਹੀਂ ਕਾਂਗਰਸ ਦੇ ਕੋਲੇ, ਔਰ ਇੱਕ ਤੋਂ ਇੱਕ ਚਿਹਰੇ ਨੇ, ਔਰ ਲੋਕ ਵੀ ਉਹਨਾਂ ਨੂੰ ਪਸੰਦ ਕਰਦੇ ਆ, ਬਟ ਜਿਹੜਾ ਤਿੰਨ ਚਿਹਰੇ ਦੇਣ ਦਾ ਮਤਲਬ ਇਹ ਸੀਗਾ ਵੀ ਜਿਹੜਾ ਉਹ ਸੈਲੀਬ੍ਰਿਟੀ ਨੇ ਇੱਕ ਆਪਣੇ ਸਮਾਨਿਆ ਵਰਗ ਤੋਂ ਵੀ ਜਿਵੇਂ ਆਪਣੇ ਚੰਨੀ ਸਾਹਿਬ ਨੂੰ ਲਿਆ, ਆਮ ਇਨਸਾਨ ਨੂੰ ਜਿਵੇਂ ਉਹਨਾਂ ਨੇ ਪ੍ਰਮੋਟ ਕੀਤਾ, ਔਰ ਜਾਖੜ ਸਾਹਿਬ ਹਿੰਦੂ ਚਿਹਰਾ ਵੀ ਨੇ, ਪਲੱਸ ਇਹਨਾਂ ਦੀ ਇੱਕ ਆਪਣੀ ਛਵੀ ਆ, ਅਲੱਗ ਤੋਂ ਛਵੀ ਆ, ਔਰ ਲੋਕ ਪਰ ਜਾਖੜ ਸਾਹਿਬ ਬਾਰੇ ਤਾਂ ਕਹਿ ਜਾਂਦਾ ਨਾ, ਤਿੰਨ ਇਲੈਕਸ਼ਨ ਹਾਰ ਗਏ, ਪਹਿਲਾਂ ਹਬੋਰ ਤੋਂ ਹਾਰੇ, ਫਿਰ ਲੋਕ ਸਭਾ ਹਾਰ ਗਏ, ਫਿਰ ਗੁਰਦਾਸਪੁਰ ਤੋਂ ਵੀ ਹਾਰ ਗਏ। ਦੇਖੋ ਜਿੱਤ ਹਾਰ ਆਪਣੀ ਜਗ੍ਹਾ ਤੇ ਹੁੰਦੀ ਹੈ, ਪਰ ਜਿਹੜੀ ਕਿਸੇ ਦੀ ਪਰਸਨੈਲਿਟੀ ਹੈ ਉਹ ਕਾਊਂਟ ਹੁੰਦੀ ਹੈ, ਜਾਖੜ ਸਾਹਿਬ ਜਿੱਤਣ ਹਾਰਨ, ਪਰ ਆਲ ਇੰਡੀਆ ਦੇ ਵਿੱਚ ਉਹਨਾਂ ਵਰਗਾ ਲੀਡਰ ਜਿਹੜਾ ਹੈਗਾ ਉਹਨਾਂ ਦੀ ਇੱਕ ਆਪਣੀ ਪਛਾਣ ਹੈ। ਨਹੀਂ ਮੈਡਮ, ਤੁਸੀਂ ਲੈਕਚਰਾਰ ਹੋ, ਪਰਸਨੈਲਿਟੀ ਅਲੱਗ ਚੀਜ਼ ਆ, ਤੁਸੀਂ ਤਾਂ ਲੈਕਚਰਾਰ ਹੋ, ਪਰਸਨੈਲਿਟੀ ਵਾਈਜ਼ ਥੋੜ੍ਹੋ ਵਿਧਾਨ ਸਭਾ 'ਚ ਨੋਮੀਨੇਟ ਹੋ ਜਾਵਾਂਗੇ, ਲੋਕ ਚੁਣਨਗੇ ਭੇਜਣਗੇ ਨਾ, ਲੋਕ ਸਭਾ 'ਚ ਲੋਕ
देखो थोन कहना भी ये ता वड्डे फैसले ने हाई कमांड दे उन्होंने किस तरीके नाल लेना पर असि आपदी सीट नु देख के रख दे मैनु मेरा फोकस है मेरा बलवाणे हलके ते ता तुहाडे हलके च 85 पिंड ने तुहाडे हलके दे विच 85 पिंड ने तुहाडे हलका कपाह बेल्ट दे विच आउंदा नरमा बेल्ट दा हलका है तुहाडी ही सरकार दे विच चिट्टी मक्खी गुलाबी सूंडी आई की मुआवजा मिले लोकां मुआवजा देखो डिमांड रखी मैं ग्रीवियस कमेटी की मैंबर भी रही हूँ मैं 30 पिंडा दे विच जदों बारिश आई है मैं जाके आई हूँ उन्होंने मैं उन्होंने कहा भी जो मुआवजा पहल के आधार पर दो जो नहीं हो रहा तो उन्होंने दवाइया घट्टो घट्ट उन्होंने मेडिसिन वगैरह उन्होंने करो डीसी साहब की मैं मांग उठाती रही हूँ तो मैं लगता भी नवे सिरे तो हूँ इन सारा मांग उठाते रहो की मिले तुहाडी ही सरकार सी ना की मिले तक मैं लगता नहीं मिले पर एक दो किस्त जड़िया है उन्होंने पिछले कोशिश भी की जारी करने की हजे तक नहीं मिले कोशिश करा कि जो पहल के आधार पर दवाया जाए नहीं तो लगता ना कि सरकार च होंद धक्का हो गया फार्मर के नाल किसानों के नाल किसानी वोट बैंक भी तो चाहिए ना पार्टी को चाहिए होना बिल्कुल लोग सहमत ने उन्होंने विश्वास है हूँ चन्नी सरकार से क्योंकि जो पहले क्या भी तालमेल नहीं सीगा हूँ चन्नी उन्होंने सरकार से विश्वास है भी वह आएंगे तो साडा जो हर मसले वो पता ही है भी चन्नी करदा मसले हल तो जरूर करेंगे नहीं कांग्रेस पार्टी नहीं करती चन्नी करते नहीं नहीं कांग्रेस पार्टी दे ही उन्होंने बनाया कांग्रेस पार्टी ने बनाया उन्होंने कांग्रेस पार्टी मजबूत किया नेचुरल लोगों के उन्होंने अपनी जगह बनाई है। अच्छा कांग्रेस पार्टी दोष लग रहा कि भाई भतीजावाद को बड़ा पालिया इतने जाखड़ साहब के भतीजे ने टिकट देती पठल बीबी पठल के जवाई टिकट देती अमर अमरजीत दे मुंडे नूं टिकट देती होर बथेरे लोग ने जिन्हां नूं टिकटां मिलियां ने हुण इस वार स्ट्रैटेजी बदली है जी हुण उन्होंने यह देखा भी जिहड़ा विनेबल है लोगों के विच रहा इस बार उन्होंने टिकटां काफ़ी सारी कट्टियां भी है और उन्होंने काफ़ी मतलब उस चीज़ सुधार किया राहुल गांधी जी ने। अच्छा तुहाडे ते कोई शिकवा तां नहीं होया नथुराम जी ने किया कि टिकट कटाती मेरी देखो जी उन्होंने अपनी सोच है मेरी सोच सी वो आए सी पार्टी में उन्होंने मदद की है उन्होंने को जाके भी आई हाँ उन्होंने कहा मेरे वालों निश्चिंत रहो हो सकता वो ऐसा ना भी करन कि उन्होंने धड़ा तुहाडे नाल है बिल्कुल जी 99% सारा अपने नाल सहमत हो गए जो किसान सरपंच दे यूनियन दे हैगे सीगे सुधीर पादो जी उन्होंने इकट्ठ करके सारे लोगों ने इस टाइम 99% जी है कांग्रेस सारी मेरे नाल सब ने विश्वास जताया मेरे नाल और मेरा साथ दे रहे हैं तो मैं धन्यवादी भी उन्होंने शुक्रिया साडे नाल गलबात ओके सर थैंक यू ਇਹ ਸਨ ਸਾਡੇ ਨਾਲ ਰਜਿੰਦਰ ਕੌਰ ਜੀ ਜਿਹੜੇ ਕਿ ਹਲਕਾ ਬੱਲੂਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਆਈਵਲ ਟੀਵੀ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਹੋਰ ਹਲਕਿਆਂ ਦੇ ਵਿੱਚ ਵੀ ਜਾ ਕੇ ਅਸੀਂ ਉਮੀਦਵਾਰਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਵਿਜ਼ਨ ਦੇਖਾਂਗੇ ਕੀ ਹੈ ਬਹੁਤ ਬਹੁਤ ਧੰਨਵਾਦ।